ਕਨਵਰਸੇਸ਼ਨ ਹੋਈ ਗੁਰੂ ਤੇ ਬੰਦੇ ਦੇ ਵਿਚਾਲੇ। ਉਸ ਕਨਵਰਸੇਸ਼ਨ ਦਾ ਸਾਨੂੰ ਐਂਡ ਪਤਾ ਹੈਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਪੁਰਾਣੇ ਲਾਈਫਸਟਾਈਲ ਛੱਡ ਕੇ, ਆਪਣੇ ਪੁਰਾਣੇ ਰੀਤੀ ਰਿਵਾਜ ਛੱਡ ਕੇ, ਆਪਣੇ ਪੁਰਾਣੇ ਲਾਜ਼ ਛੱਡ ਕੇ, ਆਪਣੇ ਪੁਰਾਣੇ ਪਰਸਨਲ ਨਿਯਮ ਛੱਡ ਕੇ ਆ ਗਿਆ ਤੇ ਕਹਿੰਦਾ ਮੈਂ ਤੁਹਾਡਾ ਬੰਦਾ। ਦਿਸ ਇਜ਼ ਸਿੱਖੀ। ਅਸੀਂ ਅਮਰ ਦੇ ਥੱਕ ਕੇ ਵੀ ਆਪਣੇ ਪੁਰਾਣੇ ਨਿਯਮ ਨਹੀਂ ਛੱਡਦੇ, ਫਿਰ ਯਾਦ ਦਿਵਾਉਂਦੇ ਰਹਿੰਦੇ ਹਾਂ ਜੀ 20 ਸਾਲ ਪਹਿਲਾਂ ਉਹ ਬੰਦੇ ਨੇ ਇਹ ਕੀਤਾ ਸੀ। ਫਿਰ ਅਰਦਾਸ ਵਿੱਚ ਕਹੀ ਜਾਂਦੇ ਹਾਂ ਝੂਠ ਗੁਰੂ ਨੂੰ ਦੇਖ ਕੇ ਅੰਡਿਟ ਕੀਤਾ, ਦੇਖ ਕੇ ਅੰਡਿਟ ਕੀਤਾ ਇਸ ਕਿ ਜੇ ਇੱਕ ਵਾਰ ਬੰਦੇ ਨੇ ਗਲਤੀ ਮੰਨ ਲਈ ਉਹਨੂੰ ਦੁਬਾਰਾ ਨਾ ਦੱਸੋ ਵਾਰ ਵਾਰ, ਫਿਰ ਕਾਹਦਾ ਅੰਡਿਟ ਕੀਤਾ। ਦਿਸ ਇਜ਼ ਵਾਟ ਗੁਰੂ ਗੋਬਿੰਦ ਸਿੰਘ ਡਿਡ। ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਬੈਕਗ੍ਰਾਉਂਡ ਨਹੀਂ ਹੈ, ਕਿੰਨਾ ਚਿਰ ਉਹ ਸਿੱਖ ਸੀ? ਨੋਟ ਈਵਨ ਅ ਡੇ। ਆਪਾਂ ਲੱਭਦੇ ਹਾਂ ਨਾ ਬੈਕਗ੍ਰਾਉਂਡ ਬੜਾ ਤਕੜਾ ਹੋਵੇ, ਉਹ ਲੱਭਦੇ ਸੀ ਕੌਣ? ਬ੍ਰਾਹਮਣ, ਨੋਟ ਸਿੱਖ। ਅਸੀਂ ਲੱਭਦੇ ਹਾਂ ਕਿ ਪੁਰਾਣਾ ਟਰੈਕ, ਅਸੀਂ ਤਾਂ ਉਹ ਕੌਮ ਆ ਜਿਹੜੀ ਕਹਿੰਦੀ ਆ ਕਿ ਸੱਜਣ ਠੱਗ, ਠੱਗ ਤੋਂ ਸੱਜਣ ਕਿਵੇਂ ਬਣਾਉਣਾ, ਇਹ ਹੈ ਸਾਡਾ ਕੰਮ। ਸਾਡਾ ਕੰਮ ਇਹ ਨਹੀਂ ਕਿ ਕਿੰਨੇ ਪੁਸ਼ਤਾਂ ਤੋਂ ਠੱਗੀ ਆ ਜਾਂ ਕਿੰਨੇ ਪੁਸ਼ਤਾਂ ਤੋਂ ਸੱਜਣ ਹੀ ਆ। ਬਾਬਾ ਬੰਦਾ ਸਿੰਘ ਬਹਾਦਰ ਦਾ ਬੈਕਗ੍ਰਾਉਂਡ ਕੀ ਆ? ਉਹ ਫਾਈਟਰ ਵੀ ਰਿਹਾ, ਉਹ ਯੋਗੀ ਵੀ ਰਿਹਾ, ਉਹ ਹਿੰਦੂ ਟੈਕਸ ਦਾ ਐਕਸਪਰਟ ਵੀ ਰਿਹਾ। ਕਈ ਵਾਰ ਸਾਨੂੰ ਹੁੰਦਾ ਨਾ ਯਾਰ, ਆਪਾਂ ਜਸਟੀਫਾਈ ਕਰਦੇ ਹਾਂ ਯੂ ਨੋ ਪੰਜਾਬੀ ਦੀਆਂ ਫਰੇਜ਼ਸ ਯੂਜ਼ ਕਰ ਕਰਕੇ, ਵਾਰਿਸ਼ਾਂ ਤਾਂ ਜਾਂਦੀਆਂ ਨਹੀਂ ਭਾਵੇਂ ਕੱਟੀਆਂ ਪੂਰੀਆਂ ਵੇ, ਇਹ ਕੋਈ ਗੱਲ ਨਹੀਂ ਸਿੱਖੀ ਚ। ਗੁਰੂ ਅਮਰਦਾਸ ਪਾਤਸ਼ਾਹ 70 ਸਾਲ ਤੋਂ ਵੱਧ ਉਮਰ ਆ ਜਦ ਆਪਣੇ ਨਿਯਮ ਚੇਂਜ ਕਰਦੇ ਨੇ, ਉਹ ਵੀ ਦੇਵੀ ਵਰਸ਼ਪਰ ਹੁੰਦੇ ਸੀ। ਇੱਦਾਂ ਹੀ ਬੰਦਾ ਸਿੰਘ ਬਹਾਦਰ ਦੀ ਲਾਈਫ ਵਿੱਚ ਦੇਖੋ, ਦੋ ਡਿਫਰੈਂਟ ਲਾਈਫ ਸਟਾਈਲਸ ਤੋਂ ਬਾਅਦ ਜਦ ਗੁਰੂ ਦੇ ਨਾਲ ਉਹਦੀ ਕੰਫਰੰਟੇਸ਼ਨ ਹੁੰਦੀ ਆ, ਜਦ ਸਿੱਧਾ ਗੁਰੂ ਦੇ ਨਾਲ ਗੱਲ ਹੁੰਦੀ ਆ, ਉਹਦੀ ਲਾਈਫ ਬਦਲ ਜਾਂਦੀ ਆ। ਉਹ ਸਭ ਕੁਝ ਛੱਡ ਦਿੰਦਾ ਜਦ ਸਿੱਧੀ ਗੱਲ ਹੁੰਦੀ ਆ ਗੁਰੂ ਦੇ ਨਾਲ, ਵਿਚ ਇਜ਼ ਵਾਟ ਵੀ ਨੀਡ ਟੂ ਡੂ। ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਹੀ ਨਹੀਂ ਕਰਦੇ। ਲੋਕਾਂ ਨੂੰ ਪੁੱਛੀ ਜਾਂਦੇ ਆ ਜੀ ਇਸ ਲਾਈਨ ਦਾ ਕੀ ਮਤਲਬ ਹੈ, ਇਸ ਲਾਈਨ ਦਾ ਕੀ ਮਤਲਬ ਹੈ, ਮੇਰੇ ਵਰਗਿਆਂ ਦੇ ਆਪਣੇ ਆਪਣੇ ਏਜੰਡੇ ਨੇ, ਉਹ ਘੁਮਾਈ ਜਾਂਦੇ ਨੇ ਲਾਈਨ ਨੂੰ। ਗੁਰੂ ਨਾਲ ਸਿੱਧਾ ਰਿਸ਼ਤਾ ਕਾਇਮ ਕਰਕੇ ਅਸਲੀ ਜੀਵਨ ਵਿੱਚ ਤਬਦੀਲੀ ਆਉਂਦੀ ਆ। ਦਿਸ ਇਜ਼ ਦੀ ਰੋਲ ਆਫ ਗੁਰੂ ਇਨ ਸਿੱਖੀ, ਜਿਹੜੇ ਬੰਦੇ ਸਿੰਘ ਬਹਾਦਰ ਦੀ ਲਾਈਫ ਵਿੱਚੋਂ ਵੀ ਸਾਨੂੰ ਨਜ਼ਰ ਆ ਰਹੀ ਆ। ਆਸਾ ਕੀ ਵਾਰ ਵਿੱਚ ਲਿਖਿਆ ਹੀ ਇਹ ਹੈ ਕਿ ਗੁਰੂ ਦਾ ਰੋਲ ਇਹੀ ਆ। ਗੁਰੂ ਦਾ ਰੋਲ ਹੀ ਹੈਗਾ ਕਿ ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅਸੀਂ ਜਦ ਅੱਜ ਅਰਦਾਸ ਕਰਾਂਗੇ, ਖਿਆਲ ਰੱਖ ਲਈ ਅਸੀਂ ਇਹੀ ਮੰਗਦੇ ਹੋਈਏ ਗੁਰੂ ਤੋਂ, ਹੋਰ ਚੀਜ਼ਾਂ ਹੀ ਮੰਗੀ ਜਾਂਦੇ ਨੇ ਕਿ ਅਸੀਂ ਮੰਗ ਰਹੇ ਹਾਂ ਕਿ ਮੈਨੂੰ ਕੁਛ ਹੋਰ ਲੈਵਲ ਦਾ ਬੰਦਾ ਬਣਾਓ। ਇਨਫੈਕਟ ਇੱਥੇ ਇੱਕ ਬੜਾ ਢੁਕਵਾਂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਦਿਸ ਇਜ਼ ਦੀ ਸਟੋਰੀ ਆਫ ਬੰਦਾ ਸਿੰਘ ਬਹਾਦਰ। ਉਹ ਵੀ ਭੁੱਲਾ ਫਿਰ ਰਿਹਾ ਪਤਾ ਨਹੀਂ ਕਿਹੜੇ ਕਿਹੜੇ ਲਾਈਫ ਸਟਾਈਲ ਵਿੱਚ, ਉਹਨੂੰ ਮਾਰਗ ਗੁਰੂ ਨੇ ਦੱਸਿਆ। ਜਦ ਗੁਰੂ ਨੇ ਉਹਨੂੰ ਮਾਰਗ ਦੱਸਿਆ ਤਾਂ ਉਹ ਵਡਭਾਗੀ ਬਣਿਆ। ਅਸੀਂ ਵਡਭਾਗੀ ਦਾ ਵੀ ਕੁਛ ਹੋਰ ਮਤਲਬ ਬਣਾ ਲਿਆ, ਜਿਹਦੀ ਕਾਰ ਵੱਡੀ ਆ, ਘਰ ਵੱਡਾ ਆ, ਮੁੰਡੇ ਜ਼ਿਆਦਾ, ਉਹ ਵਡਭਾਗੀ ਬਣਾਈ ਜਾ ਰਹੇ ਆ। ਨੋਟ ਅਕੋਰਡਿੰਗ ਟੂ ਗੁਰਬਾਣੀ, ਲੈਟਸ ਬੀ ਰੀਅਲ। ਅਕੋਰਡਿੰਗ ਟੂ ਗੁਰਬਾਣੀ ਜਿਹੜਾ ਭੁੱਲਾ ਬੰਦਾ ਜਦ ਗੁਰੂ ਉਹਨੂੰ ਮਾਰਗ ਦੱਸਦਾ ਫਿਰ ਉਹ ਵਡਭਾਗੀ ਬਣਦਾ, ਉਹ ਆ ਬੰਦਾ ਸਿੰਘ ਬਹਾਦਰ। ਭੁੱਲਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਮਿਲੇ, ਉਹ ਹੁਣ ਪੂਰੀ ਕੌਮ ਉਹਨੂੰ ਨਮਸਕਾਰ ਕਰਦੀ ਹੈ। ਦਿਸ ਇਜ਼ ਹਾਊ ਯੂ ਬਿਕਮ ਵਡਭਾਗੀ। ਹੋਇਆ ਕੀ ਫਿਰ, ਕਿਉਂਕਿ ਆਲਰੇਡੀ ਉਹਦੇ ਕੋਲ ਬੜਾ ਕੁਛ ਸੀਗਾ, ਮੈਂ ਸਾਖੀ ਦੀ ਪਹਿਲਾਂ ਵੀ ਕਥਾ ਹੋ ਚੁੱਕੀ ਹੈ, ਡਿਟੇਲਸ ਨਹੀਂ ਜਾਵਾਂਗਾ, ਬਟ ਬੇਸਿਕਲੀ ਬੰਦਾ ਸਿੰਘ ਬਹਾਦਰ ਕੋਲ ਗੁਰੂ ਦਾ ਥਾਪੜਾ ਸੀ, ਪੰਜ ਸਿੰਘ ਸੀ। ਉਹ ਦੱਖਣ ਤੋਂ ਸ਼ੁਰੂ ਹੁੰਦਾ ਆਪਣੀ ਜਰਨੀ ਤੇ ਸਟ੍ਰੈਟੇਜੀਜ਼ ਬਣਾਉਂਦਾ। ਅੱਜ ਕੱਲ੍ਹ ਅਸੀਂ ਸਟ੍ਰੈਟੇਜੀਜ਼ ਬਣਾਉਂਦੇ ਨਹੀਂ ਹਾਂ, ਅਸੀਂ ਸਿਰਫ ਆਪਰੇਸ਼ਨਲ ਹੋ ਗਏ, ਅਸੀਂ ਬਿਜ਼ੀ ਬੋਡੀਜ਼ ਬਣ ਗਏ ਹਾਂ, ਅਸੀਂ ਯੋਜਨਾ ਬਣਾਉਂਦੇ ਹੀ ਨਹੀਂ, ਅਸੀਂ ਇਹ ਦੇਖ ਲਾਂਗੇ, ਖਾਨਾ ਪੂਰੀ ਕਰੀ ਜਾ ਰਹੇ ਹਾਂ। ਇਹ ਡਿਮਾਂਡਸ ਆ ਸਟ੍ਰੈਟੇਜੀ। ਦੇਖੋ ਉਹਨੇ ਮੁਖਲਿਸਗੜ੍ਹ ਵਿੱਚ ਜਿਹੜਾ ਪਿੰਡ ਸੀ, ਮੁਖਲਿਸਪੁਰ ਜਿਹੜਾ ਹੁਣ ਹਰਿਆਣੇ 'ਚ ਆ, ਉੱਥੇ ਹੀ ਕਿਉਂ ਲੋਕਲ ਬਣਾਇਆ, ਜਾ ਕੇ ਦੇਖੋ ਉੱਥੇ। ਅਸੀਂ ਸਿਰਫ ਦਰਬਾਰ ਸਾਹਿਬ ਜਾ ਕੇ ਜਾਂ ਦਿੱਲੀ ਦੇ ਬੰਗਲਾ ਸਾਹਿਬ ਜਾ ਕੇ ਗੱਲਾਂ ਆ ਜਾਂਦੇ ਹਾਂ, ਹੋਰ ਇਤਿਹਾਸਿਕ ਥਾਂ ਵੀ ਜਾਇਆ ਕਰੋ। ਲੈ ਕੇ ਜਾਓ ਆਪਣੇ ਨਿਆਣਿਆਂ ਨੂੰ ਲੋਹਗੜ੍ਹ, ਸਧੌਰੇ ਦਾ ਕਿਲਾ, ਉੱਥੋਂ ਪਤਾ ਲੱਗੂ ਕਿ ਕਿਉਂ ਹੀ ਉੱਥੇ ਕੈਪੀਟਲ ਬਣਾਈ ਸੀ, ਕਿਉਂਕਿ ਉਹਦੇ ਕੋਲ ਸਟ੍ਰੈਟੇਜੀ ਡਿਵੈਲਪ ਕੀਤੀ, ਉਹਨੇ ਕੰਸੋਲੀਡੇਸ਼ਨ ਕੀਤੀ, ਉਹਨੂੰ ਪਤਾ ਉਹਦੇ ਕੋਲ ਬੰਦੇ ਘੱਟ ਨੇ, ਉਹਨੇ ਲੜਾਈ ਦਾ ਤਰੀਕਾ ਹੀ ਬਦਲ ਦਿੱਤਾ। ਉਹਨੇ ਜਦੋਂ, ਕਿਉਂਕਿ ਕਈ ਵਾਰ ਆਪਣੀਆਂ ਸਟੇਜਾਂ ਦੇ ਬਦਲੇ ਦੀ ਗੱਲ ਆ ਜਾਂਦੀ ਹੈ, ਮੈਂ ਇਹ ਵੀ ਇੱਥੇ ਗੱਲ ਕਰਾਂ, ਸਿੱਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਸਤਾਖੀ ਮਾਫ ਕਰਿਓ, ਬਦਲਾ ਲਫ਼ਜ਼ ਕਿਤੇ ਨਹੀਂ ਆਇਆ। ਇਹ ਅਸੀਂ ਇੰਟਰੋਡਿਊਸ ਕਰਾ ਲਿਆ ਹੋਰ ਧਰਮਾਂ ਨੂੰ ਸੁਣ ਸੁਣ ਕੇ, ਕਿਤੇ ਵੀ ਨਹੀਂ ਹੈ ਗੁਰਬਾਣੀ ਦੇ ਵਿੱਚ ਇਹ ਵਰਡ। ਗੁਰਬਾਣੀ ਦੇ ਵਰਡ, ਗੁਰਬਾਣੀ ਵਿੱਚ ਵਰਡ ਆਉਂਦਾ ਨਿਆਂ, ਨਿਆਂ ਹੁੰਦਾ ਜਸਟਿਸ, ਬਦਲਾ ਹੁੰਦਾ ਪਰਸਨਲ, ਜਸਟਿਸ ਹੁੰਦਾ ਕਾਰਪੋਰੇਟ ਵੱਡੇ ਲੈਵਲ ਤੇ। ਅਸੀਂ ਬਦਲੇ ਨਹੀਂ ਲੈਂਦੇ, ਅਸੀਂ ਨਿਆਂ ਲੈਂਦੇ ਹਾਂ, ਜਿਹਦੇ ਬਾਰੇ ਗੁਰਬਾਣੀ ਦਾ ਹੀ ਕਥਾ ਵਾ। ਕਿਉਂ?
क्योंकि जिहड़े रब विच असीं विश्वास करदे आ ओह न्याय देण वाला पूरा न्याय करे करतार पूरा न्याय कंप्लीट जस्टिस देण वाले रब विच असीं विश्वास करदे आ। सो साडा काम आ न्याय लैणा। तां ही सिखां दे बोल वाले जिहड़े निहंग बोले आ अकाली बोले हुंदे सी उत्थे बदला लफ्ज़ नहीं कहा जांदा सी, उत्थे लफ्ज़ कहा जांदा सी सोधना। सोधना इज टू बी करैक्टेड। फर्क है, बहुत ज्यादा फर्क आ बदले ते करैक्शन दे विच। सो सिखां दे विच बंदे सिंह बहादुर ने गुरु दी विजन लई शब्द उहदे विच एंटर कीता। जद उहने शहादत दी तैयारी कर ली, ईवन जद उहने सरहंद नूं इट हिलाती सब कुछ हिलाता सरहंद दा, उहने कदे भी किसे मुगल जनानी नूं हथ नहीं लाया। ਇਹ ਆ ਕੈਰੈਕਟਰ ਦੀ ਨਿਸ਼ਾਨੀ ਜਿਹਦੇ ਬਾਰੇ ਮੈਨੂੰ ਕੁਝ ਖਾਸ ਬੋਲਣ ਦੀ ਲੋੜ ਨਹੀਂ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕੈਰੈਕਟਰ ਕਿੱਥੇ ਖੜਾ ਸਾਡਾ। ਨੋਵਰ ਡਿਡ ਹੀ ਟੱਚ ਐਨੀ ਮੁਗਲ ਵਿਮਨ। ਐਂਡ ਦੂਸਰਾ ਵਾਰ ਦਾ ਰੂਲ ਹੁੰਦਾ ਸੀ ਕਿ ਜਿਹੜੇ ਚੀਫ ਹੁੰਦੇ ਸੀ ਨੋਬਲਸ ਹੁੰਦੇ ਸੀ ਉਹਨਾਂ ਨੂੰ ਕਦਾ ਸਜ਼ਾ ਨਹੀਂ ਮਿਲਦੀ ਸੀ, ਸਿਪਾਹੀਆਂ ਨੂੰ ਮਿਲਦੀ ਸੀ। ਬੰਦਾ ਸਿੰਘ ਬਹਾਦਰ ਨੇ ਚੀਫਟਨਸ ਨੂੰ ਵੀ ਸਜ਼ਾ ਦਿੱਤੀ, ਨੋਬਲਮੈਨ ਨੂੰ ਵੀ ਸਜ਼ਾ ਦਿੱਤੀ। ਇਕੱਲੇ ਸਿਪਾਹੀ ਨੂੰ ਨਹੀਂ ਸਜ਼ਾ ਦਿੱਤੀ ਜਾਂਦੀ ਜਿਵੇਂ 1984 ਬਾਰੇ ਸਾਡੇ ਨਾਲ ਕੀਤਾ ਜਾਂਦਾ ਹਰ ਸਾਲ ਢੋਂਗ। ਦੋ ਤਿੰਨ ਬੰਦਿਆਂ ਨੂੰ ਹਰ ਵਾਰ 84 ਨਵੰਬਰ ਵੇਲੇ ਜੂਨ ਵੇਲੇ ਕਦੇ ਕਾਲੀ ਸੂਚੀ ਕਹਿੰਦੇ ਹਟਾ ਦੀ, ਕਾਹਦੀ ਹਟਾਈ ਆ? ਆ ਪਿਛਲੇ ਹਫ਼ਤੇ ਪਰਸੋਂ ਦਾ ਸਟੇਟਮੈਂਟ ਹੈ ਇੰਡੀਆ ਦੇ ਫਾਈਨੈਂਸ ਮਿਨਿਸਟਰ ਦਾ, ਕਹਿੰਦਾ ਅਸੀਂ ਹੁਣ ਗੱਲ ਅੱਗੇ ਕਰੀਏ, ਨਵਾਂ ਕਿਸਮ ਦਾ ਦੌਰ ਸ਼ੁਰੂ ਹੋ ਗਿਆ, ਅਸੀਂ ਸਾਰਿਆਂ ਨੂੰ ਹਟਾ ਦਿੱਤਾ ਬਲੈਕ ਲਿਸਟ ਚੋਂ। ਦੈਟਸ ਨੋਟ ਟਰੂ। ਅਜੇ ਦੋ ਬੰਦੇ ਨਿਊਜ਼ੀਲੈਂਡ ਤੋਂ ਹੁਣ ਵੀ ਨਹੀਂ ਆ ਸਕਦੇ ਆਪਣੇ ਪਿਓ ਦੇ ਭੁਗਤ ਤੇ, ਹੁਣ ਵੀ ਪਾਕਿਸਤਾਨ ਤਿੰਨ ਬੰਦੇ ਬੈਠੇ ਨੇ ਜਿਨ੍ਹਾਂ ਨੂੰ ਸੂਚੀ ਚੋਂ ਹਟਾਇਆ ਗਿਆ। ਉਹਦੇ ਚੋਂ 10 ਬੰਦੇ ਤਾਂ ਪਹਿਲਾਂ ਹੀ ਗੁਜ਼ਰ ਚੁੱਕੇ ਨੇ, ਹਿੰਦੁਸਤਾਨ ਚ ਆਲਰੇਡੀ ਰਹਿ ਰਹੇ ਸੀ। ਇਹ ਕਲੈਰਿਟੀ ਚਾਹੀਦੀ ਹੈ ਸਾਨੂੰ ਕੀ ਚੱਲ ਰਿਹਾ। ਸਮੇਂ ਦੀਆਂ ਸਰਕਾਰਾਂ ਨੇ ਇਹ ਕਰਨਾ ਹੀ ਹੁੰਦਾ। ਗੱਲ ਬਾਬਾ ਬੰਦਾ ਸਿੰਘ ਬਹਾਦਰ ਦੇ ਐਂਗਲ ਤੋਂ ਮੈਂ ਕਰ ਰਿਹਾ ਸੀ ਕਿ ਛੋਟੇ ਸਿਪਾਹੀਆਂ ਨੂੰ ਜਿਵੇਂ 1984 ਬਾਰੇ ਵੀ ਇੱਕ ਦੋ ਬੰਦਿਆਂ ਨੂੰ ਸਜ਼ਾ ਦੇ ਦਿੰਦੇ ਨੇ ਹਰ ਸਾਲ, ਬਟ ਜਿਹੜੇ ਵੱਡੇ ਮਿਨਿਸਟਰ ਲੈਵਲ ਤੇ ਵੀ ਬੈਠੇ ਨੇ ਕੈਬਨਿਟ ਦੇ, ਉਹਨਾਂ ਦੇ ਬਾਰੇ ਕੋਈ ਗੱਲ ਨਹੀਂ ਹੁੰਦੀ। ਖਾਲੜੇ ਦੇ ਮਰਡਰ ਬਾਰੇ ਵੀ, ਮਰਡਰ ਸੀ ਉਹ ਐਕਚੁਅਲੀ, ਆਪਾਂ ਕਿਉਂ ਨਹੀਂ ਇਹ ਲਫ਼ਜ਼ ਵਰਤੇ, ਇਟ ਵਾਜ਼ ਅ ਮਰਡਰ। ਉਹਦੇ ਮਰਡਰ ਬਾਰੇ ਵੀ 6 ਸਿਪਾਹੀਆਂ ਨੂੰ ਸਜ਼ਾ ਜ਼ਰੂਰ ਹੋਈ ਹੈ, ਉਹਦੇ 'ਚ ਵੀ ਦੋ ਆਪਣੇ ਘਰ ਬੈਠੇ ਨੇ, ਹਾਲਾਂਕਿ ਦੇ ਸਪੋਜ਼ ਟੂ ਬੀ ਇਨ ਜੇਲ, ਬਟ KPS ਗਿੱਲ ਤੇ ਅਜੇ ਕੇਸ ਸ਼ੁਰੂ ਨਹੀਂ ਹੋਇਆ। ਬੰਦਾ ਸਿੰਘ ਬਹਾਦਰ ਇਹ ਦੱਸ ਰਿਹਾ ਕਿ ਜਿਹੜਾ ਜ਼ਿੰਮੇਵਾਰ ਆ, ਜਿਹੜਾ ਆਰਡਰ ਦੇ ਰਿਹਾ ਉਹ ਵੀ ਉਨਾ ਹੀ ਜ਼ਿੰਮੇਵਾਰ ਆ, ਜਿਹੜਾ ਆਰਡਰ ਇੰਪਲੀਮੈਂਟ ਕਰ ਰਿਹਾ ਉਹ ਵੀ ਉਨਾ ਹੀ ਜ਼ਿੰਮੇਵਾਰ ਆ। ਐਂਡ ਹੀ ਡਿਡ ਦਿਸ ਇਨ ਹਿਸ ਲਾਈਫ ਟਾਈਮ। ਤੀਸਰੀ ਗੱਲ ਰਿਲੀਜੀਅਸ ਫਰੀਡਮ ਦੀ ਹੈ, ਜਿਹਦੀ ਮੈਂ ਥੋੜ੍ਹੀ ਅੱਗੇ ਜਾ ਕੇ ਵੀ ਕਰਾਂਗਾ। ਵਾ ਤੁਹਾਨੂੰ ਪਤਾ ਹੈਗਾ ਇੱਕ ਸਿੱਖ ਸਾਈਕੀ ਦੇ ਵਿੱਚ ਕਿ ਸਾਡੀ ਲੜਾਈ ਮੁਸਲਮਾਨਾਂ ਦੇ ਪ੍ਰਤੀ ਬਿਲਕੁਲ ਨਹੀਂ ਸੀ। ਇਹ ਲਫ਼ਜ਼ ਕਹਿਣੇ ਬੰਦ ਕਰ ਦਿਓ, ਇਹ ਹੇਟਰਡ ਪੈਦਾ ਕਰਦਾ। 1947 ਵਾਲਾ ਵੀ ਹੇਟਰਡ ਤੁਹਾਨੂੰ ਪਤਾ ਹੀ ਹੋਣਾ, ਐਟਲੀਸਟ ਮੇਰੇ ਗ੍ਰੈਂਡਫਾਦਰ ਦੇ ਵਿੱਚ ਮੈਂ ਦੇਖਦਾ। ਇਹ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਮੁਸਲਮਾਨਾਂ ਨਾਲ ਸਾਡੀ ਲੜਾਈ ਆ? ਸਾਡੀ ਲੜਾਈ ਨਾ ਹਿੰਦੂਆਂ ਨਾਲ ਹੈ ਨਾ ਮੁਸਲਮਾਨਾਂ ਨਾਲ ਹੈ, ਸਾਡੀ ਲੜਾਈ ਹੈਗੀ ਜਿਹੜੀ ਇੱਕ ਰਿਲੀਜੀਅਸ ਤੇ ਪੋਲੀਟੀਕਲ ਲੈਵਲ ਦੀ ਕਰਪਸ਼ਨ ਹੈ ਉਹਦੇ ਨਾਲ। ਕਿਉਂਕਿ ਜਿਹੜੇ ਮੁਸਲਮਾਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਆਪਣੀ 400 ਦੀ ਫੌਜ ਲੈ ਕੇ ਤੇ 7 ਜ਼ਾਦਿਆਂ ਨੂੰ ਲੈ ਕੇ ਆਪ ਸ਼ਹੀਦ ਹੋ ਰਿਹਾ ਪੀਰ ਬੁੱਧੂ ਸ਼ਾਹ, ਉਹ ਵੀ ਮੁਸਲਮਾਨ ਸੀ, ਇਹ ਬਿਲਕੁਲ ਕਹਿਣਾ ਬੰਦ ਕਰ ਦਿਓ। ਸਾਡੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ ਆ, ਸਾਡੀ ਲੜਾਈ ਉਹ ਕਰਪਟ ਆਈਡੀਓਲੋਜੀ ਦੇ ਨਾਲ ਆ ਜਿਹੜੀ ਲੋਕਾਂ ਨੂੰ ਗੁਲਾਮ ਰੱਖਦੀ ਹੈ, ਭਾਵੇਂ ਰਿਲੀਜੀਅਸ ਲੈਵਲ ਤੇ ਉਹ ਗੁਲਾਮ ਬਣਾਉਂਦੀ ਹੈ, ਭਾਵੇਂ ਉਹ ਪੋਲੀਟੀਕਲ ਲੈਵਲ ਤੇ ਗੁਲਾਮ ਬਣਾਉਂਦੀ ਹੈ। ਰਿਮੈਂਬਰ ਗੁਰੂ ਦਾ ਵਿਜ਼ਨ ਕੀ ਆ? ਇੱਕ ਕੋਰਟ ਖੜਾ ਕਰਨਾ, ਕੋਰਟ ਹੁੰਦਾ ਕਿਲਾ ਜਿਸ ਕਿਲੇ ਵਿੱਚੋਂ ਇਹੋ ਜਿਹੀ ਪ੍ਰੋਟੈਕਸ਼ਨ ਦਿੱਤੀਆਂ ਜਾਣ। ਅੱਗੇ ਗੱਲ ਚੱਲੀਏ, ਥੋੜ੍ਹੀ ਜਿਹੀ ਗੱਲ ਮੈਂ ਲੀਡਰਸ਼ਿਪ ਦੀ ਕਰਾਂਗਾ। ਅੰਗਰੇਜ਼ੀ ਵਿੱਚ ਕੋਰਟ ਤੁਸੀਂ ਪੜ੍ਹ ਸਕਦੇ ਹੋ। ਅੱਜ ਕੱਲ੍ਹ ਜੇ ਕੁਛ ਕੰਮ ਚੰਗਾ ਹੋ ਜਾਵੇ ਤਾਂ ਸਾਡਾ ਲੀਡਰ ਕਹਿੰਦਾ ਜੀ ਮੈਂ ਬੜੀ ਮਿਹਨਤ ਕੀਤੀ ਸੀ, ਜੇ ਕੰਮ ਮਾੜਾ ਹੋ ਜਾਵੇ ਉਹ ਕਹਿੰਦਾ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਕਮੇਟੀਆਂ ਦਾ ਕੀ ਹਾਲ ਹੈ, ਮੈਂ ਕੀ ਕਰਾਂ। ਦਿਸ ਇਜ਼ ਨਾਟ ਦ ਲੀਡਰਸ਼ਿਪ। ਲੀਡਰਸ਼ਿਪ ਦੀ ਇੱਕ ਵੱਡੀ ਨਿਸ਼ਾਨੀ ਹੈ ਓਨਰਸ਼ਿਪ। ਬਾਬਾ ਬੰਦਾ ਸਿੰਘ ਬਹਾਦਰ ਨੂੰ ਤੁਸੀਂ ਉਹ ਕਥਾ ਸੁਣ ਚੁੱਕੇ ਹੋ ਆਲਰੇਡੀ, ਜਦ ਉਹਨੂੰ ਕੈਦ ਕਰਕੇ ਲੈ ਗਏ ਤਾਂ ਉਹਦੇ 'ਚ ਵੀ ਨਹੀਂ ਜਾਂਦਾ, ਬਟ ਮੈਂ ਕ੍ਰਿਟੀਕਲ ਇਸ਼ੂ ਵੱਲ ਲੈ ਕੇ ਜਾਣਾ ਚਾਹੁੰਦਾ ਲੀਡਰਸ਼ਿਪ ਵਾਲੇ। ਉਹਨੂੰ 3 ਸਵਾਲ ਪੁੱਛੇ ਗਏ ਸੀ ਜਦੋਂ ਉਹਨੂੰ ਕੈਦ ਕੀਤਾ ਗਿਆ। ਉਹ ਤੀਜਾ ਸਵਾਲ ਜਿਹੜਾ ਉਹਨੂੰ ਪੁੱਛਿਆ ਗਿਆ ਸੀ ਉਹਦੇ ਵੱਲ ਮੈਂ ਜਾਂਦਾ, ਉਹ ਰਿਕਾਰਡ ਕੀਤਾ ਹੋਇਆ ਉੱਥੇ ਤੁਸੀਂ ਪੜ੍ਹ ਸਕਦੇ ਹੋ 1731 ਦੇ ਕਿ ਰਾਈਟਰ ਨੇ ਮੁਸਲਮਾਨ ਉਹਨੂੰ ਪੁੱਛਿਆ ਗਿਆ ਕਿ ਜੇ ਤੂੰ ਇੰਨਾ ਹੀ ਵਧੀਆ ਹੈਗਾ ਗੁਰੂ ਦਾ ਸਿੱਖ ਫਿਰ ਇਸ ਪਿੰਜੜੇ 'ਚ ਕਿਉਂ ਬੰਦ ਹੈਗਾ, ਤੂੰ ਚਮਤਕਾਰ ਕਰਦੇ ਇੱਥੇ ਨਿਕਲ ਜਾ, ਕਿਉਂਕਿ ਉਹ ਬੜਾ ਚਮਤਕਾਰੀ ਮੰਨਿਆ ਜਾਂਦਾ ਸੀ। ਉਹ ਕਹਿੰਦਾ, ਮੈਂ ਛੋਟੇ ਸਿੱਧੇ ਸਿੱਧੇ ਲਫ਼ਜ਼ਾਂ 'ਚ ਗੱਲ ਕਰਾਂ ਕਿਉਂਕਿ ਅਰਬੀ 'ਚ ਉਹਦਾ ਟ੍ਰਾਂਸਲੇਸ਼ਨ ਕਰਨਾ ਪੈਂਦਾ। ਉਹ ਕਹਿੰਦਾ ਗੱਲ ਇਸ ਤਰ੍ਹਾਂ ਦੀ ਹੈਗੀ ਕਿ ਗੁਰੂ ਤੇ ਸਿੱਖ ਦੇ ਵਿੱਚ ਬੜਾ ਫਰਕ ਆ। ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ, ਸਾਨੂੰ ਭਾਣਾ ਮੰਨਣਾ ਸਿਖਾਇਆ ਗਿਆ,
जब असी सरहद फतेह की मेरे बंद ने कुछ गह दलिया जी ठीक नहीं सी जिस करके अज मैं कैद हाँ क्योंकि मैं उन्होंने लीडर सी मैं इसे लाइफ में भुगत के जावगा यह साढ़े मुक्ति मनी जाती है। देखो कितनी क्लैरिटी है उस लीडर को एक तो उन्होंने यह क्लीयर है कि मैं जब मैं लीडर हाँ मेरे थले जो हो रहा वो रिस्पोंसिबिलिटी मेरी है भावें चंगी है भावें माड़ी गल हुई है। दूसरी गल उसकी क्लैरिटी देखो कहना मुक्ति मरण तो बाद नहीं है मुक्ति इसे लाइफ में है दिस इज सिखी अदरवाइज यू आर फॉलोइंग ब्राह्मणिज्म और समैटिक या सामी धर्मां नूं साडी मुक्ति जिहड़ा थर्ड शब्द किया गया सी उहदे विच वी इही दस्सिया गया सी मुक्ति इज फ्रीडम साडे लई मोक्षा मुक्षा नहीं है कुछ कार्मिक थ्योरियां साडे लई है जो बंदा फ्री हो जाता वह मुक्त हैगा जिहड़ा बंधना नूं तोड़दा आपां पढ़दे हां सकी वार इहदी बंधन इहदी दुनिया तोड़े बंधना अन्न पानी थोड़ा खाया राइट बंधना नूं तोड़न वाला मुक्त मन्निया जांदा। दिस इज वर्ड बंदा सिंह बहादुर जिहड़ा उह इदां मुक्त होके गया रिस्पोंसिबिलिटी लै रहा अपने बंदियां दी ते उह रिस्पोंसिबिलिटी लै रहा कि मेरे गुरु ने सिखाया इसे लाइफ में सब कुछ करके जाना अगे दा ते पिछे दा किसे नूं की पता। मैं आम कह दिंदा रिलीजन एक बहुत वड्डा धंधा बन गया तुसीं गाहां दीआं वारंटीज नहीं जाने हो किने आके वापस पुछना तुहानूं इत्थे दी गल करो जिथे रह रहे हो टॉक अबाउट हेयर एंड नाउ एवरी गुरु डेल्ट विद इशूज हेयर एंड नाउ उन्होंने नहीं क्या कहा जाके इशू सॉल्व करांगे उन्होंने क्या जो तुहाडे सामने हो रहा उन्हों सॉल्व करो पहला। अगली गल कई बार असं घबरा जाते हैं 1984 नाल भी इस गल नूं मैं शेयर करांगा 27 साल हो गए 1984 नूं होए ते असी हुण भी कहिंदे आ इंसाफ लैणा यह बाबा बंदा सिंह बहादुर की स्टोरी है उन्हें 20 महीनों के 20 महीनों के कोई रिसोर्सिज नहीं है याद है ना यह गल 20 महीनों के खालसा राज स्थापित किया 20 मंथ्स सितंबर 1708 दखण तो उतरिया ते मई 1710 खालसा राज स्थापित करता। कोई भी काम जो करना होंदा उहदे लई एक क्लैरिटी चाहीदी है दिस इज व्हाट आई एम ट्राइंग टू से बंदे सिख उहदे नाल क्यों जुड़े उहदे दखण तो शुरू होया सरहंद वल आ रहा नॉर्थ वल इतिहासकार मनते ने उहनां दे नाल ट्रेन तां सीगे नहीं घोड़े सीगे 7 महीने की जर्नी आ 7 महीने दे विच उहने प्रिपेयर कर लिया ते पहला अटैक भी करता ते 20 महीनों दे विच मई 1710 विच खालसा राज स्थापित करता। इट्स वेरी डूएबल दैट्स व्हाट आई एम ट्राइंग टू से इन फैक्ट साडी तां असीं तां करदे ही हां सिखां दी सारी स्टोरी ओ है जिहड़ी इनक्रेडिबल ऑड्स दे अगेंस्ट कीती जावे जे आम दुनिया दे नजर तों करनी है उह सिख दे आस तां है ही नहीं 20 महीनों के उन्हें खालसा राज स्थापित किया। एंड आई वुड सबमिट टू यू अगेन उसकी नंबर वन क्वालिफिकेशन यह सी गुरु का थापड़ा। गुरु गोबिंद सिंह महाराज सानू भी बड़े क्लीयर ने सानू अनक्लीयर असी हो सकते हैं बट उन्होंने बड़ी क्लैरिटी है साढ़े प्रति उन्होंने बड़ा क्लीयरली सानू क्या होया जब ये कहें विपरन की रीत मैं ना करूं इनकी प्रतीत। गुरु नूं असी क्यों कहने कि वह साडे भली करे गुरु तो कर रहा भली असी गुरु की गलती मन रहे असी गुरु का थापना नहीं देख रहे असी देख रहे हैं कि होर थापना लैण की लड़ा कम्यूनिटी में अपने काम करने समय के जमीन के जिहड़े ठेकेदारी कर रहे हैं या इत्थे के जिहड़े चीफ्स ने असी उन्हां वल तकदे हां असी जिहड़ा साडा महाराजा हैगा शाहे शाहनशाह उहदे वल तकना ही बंद करता उहनूं सिर्फ अपनी स्पीचां दे विच गुरपुरब वाले दिन याद कर लैंदे हां रोज उहदे वल ही तक रहे। हरिंदर सिंह महबूब ने यही सलूशन दस्सिया अज भी सिखां दे लई सहजे रचो खालसा किताब दे शुरू च उन्हें कविता लिखी है चार लाइना की वह कविता की लास्ट लाइन ही है कि जिहड़ा समा है वह माड़ा हो सकता बट सिख फिर भी मुड़ के आ सकते हैं वापस जिथे सी किवें अपनी पत पछाण लवें जे लड़ माही का फड़के असी माही का लड़ छड़िया हैगा बाबा बंदा सिंह बहादुर ने माही का लड़ फड़िया सी एक बहुत वड्डा डिफरेंस है साडा ते उहदा इह उहदी हिस्टरी है किवें 20 महीनों के उन्हें खालसा राज स्थापना की ये ज़्यादा डिटेल नहीं जा सकते क्योंकि समय इजाजत नहीं दो बट बेसिक पॉइंट इज वो बड़िया बैटल्स ने बड़िया स्ट्रैटेजीज ने कुछ गल्लां तुसीं अर्लीयर सुन लिया सी कुछ मैं अगे जाके भी दसांगा।